ਦੋਸਤੋ ਅੱਜ ਗੱਲਬਾਤ ਕਰਾਂਗੇ ਕਬੱਡੀ ਅਤੇ ਕੁਸ਼ਤੀ ਤੋਂ ਬਾਅਦ ਪੰਜਾਬ ਵਿੱਚ ਜ਼ਿਆਦਾ ਖੇਡੀ ਜਾਣ ਵਾਲੀ ਖੇਡ ਕੌਸਕੋ ਕ੍ਰਿਕਟ ਬਾਰੇ ਜਿਸ ਵਿੱਚ ਗੱਡੀਆਂ, ਬੋਲਟ, ਟਰੈਕਟਰ ਆਮ ਹੋ ਗਏ ਨੇ ਕੌਸਕੋ ਕ੍ਰਿਕਟ ਦੇ ਬ੍ਰਾਂਡ ਖਿਡਾਰੀ ਜਿਨ੍ਹਾਂ ਨੇ ਵੱਡੇ ਇਨਾਮ ਜਿੱਤੇ ਹਨ ਉਹਨਾਂ ਦੀ ਖਾਸ ਗੱਲਬਾਤ ਕਰਾਂਗੇ ਤੇ ਪਹਿਲਾ ਨਾਮ ਹੈ ਰਵੀ ਨੂਰਪੁਰ ਬੇਟ ਦਾ 16 ਮੋਟਰਸਾਈਕਲਾਂ ਦਾ ਜੇਤੂ ਦੋ ਗੱਡੀਆਂ ਅਸਟੇਮ ਅਤੇ ਮਾਰੂਤੀ ਨਕਦੀ ਪ੍ਰਾਈਜ਼ ਐਲਈਡੀਆਂ ਬਾਸ਼ੇ ਮਸ਼ੀਨਾ ਇਨਾਂ ਦੀ ਵੀ ਕਾਫੀ ਜ਼ਿਆਦਾ ਗਿਣਤੀ ਏ ਤੇ ਦੂਸਰਾ ਵੱਡਾ ਨਾਮ ਹੈ ਸੁਖੀ ਕਮਾਮ ਦਾ 3 ਫੋਰ ਟਰੈਕਟਰ 2 ਲੰਡੀਆਂ ਜੀਪਾਂ 9 ਮੋਟਰਸਾਈਕਲ 골ਡ ਬੈਟ ਛੋਟੇ ਪ੍ਰਾਈਜ਼ ਤਾਂ ਕਮਾਮਾਂ ਵਾਲੇ ਜੱਟ ਨੇ ਕਦੇ ਗਿਣੇ ਹੀ ਨਹੀਂ ਤੇ ਤੀਸਰਾ ਵੱਡਾ ਨਾਮ ਹੈ ਬਹਿਮਾ ਦੇ ਡਾਕਟਰ ਯਾਨੀ ਕਿ ਡਾਕਟਰ ਬਠਿੰਡਾ ਦਾ 10 ਬਾਸ਼ੇ ਮਸ਼ੀਨਾ 10 ਮੋਟਰਸਾਈਕਲ ਇੱਕ ਪੱਤੋ ਦੇ ਵੱਡੇ ਕੱਪ ਤੋਂ ਸਿੱਧੂ ਮੂਸੇਵਾਲਾ ਦੀ ਪਹਿਲੀ ਪਸੰਦ 98 11 ਦਾ ਜੇਤੂ ਲਗਾਤਾਰ 3-3 ਦਿਨ ਬੈਸਟ ਰੈਨ ਦਾ ਰਿਕਾਰਡ ਵੀ ਇਸ ਖਿਡਾਰੀ ਦੇ ਨਾਮ ਹੈ ਪੰਜਾਬ ਤੋਂ ਬਾਹਰ ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਇਸ ਖਿਡਾਰੀ ਦੀ ਕਾਫੀ ਜ਼ਿਆਦਾ ਮੰਗ ਹੈ ਤੇ ਚੌਥਾ ਨਾਮ ਹੈ ਹਰਮਨ ਤੂਰੀ ਜਿਸ ਨੂੰ ਕੋਸਕੋ ਕ੍ਰਿਕਟ ਵਿੱਚ ਪੱਖਾ ਆਖ ਬੁਲਾਉਂਦੇ ਹਨ 8 ਮੋਟਰਸਾਈਕਲਾਂ ਦਾ ਜੇਤੂ ਇੱਕ ਅਫਸਰ ਝੋਟੀ ਕੈਸ਼ ਪ੍ਰਾਏ ਅਤੇ 30 ਕੂਲਰ ਜਿੱਤੇ ਹਨ ਜਿੱਥੇ ਵੀ ਜਸਪੀ ਟੂਰਨਾਮੈਂਟ ਤੇ ਇਨਾਮ ਵਿੱਚ ਕੂਲਰ ਰੱਖਿਆ ਹੋਵੇ ਉੱਥੇ ਅਕਸਰ ਹੀ ਗੱਲਾਂ ਚੱਲਦੀਆਂ ਹਨ ਕੂਲਰ ਤਾਂ ਹਰਮਨ ਤੋਰੀ ਦਾ ਏ ਤੇ ਹਵਾਈ ਸ਼ਾਟ ਮਾਰਨ ਕਰਕੇ ਤੇ ਜਾਦਾ ਕੂਲਰ ਜਿੱਤੇ ਹੋਣ ਕਰਕੇ ਉਹਨਾਂ ਨੂੰ ਪੱਖਾ ਕਿਹਾ ਜਾਂਦਾ ਏ ਉਹਨਾਂ ਦਾ ਖੁਦ ਆਪਣਾ ਇੱਕ ਐਚਡੀ ਬੈਟਾ ਦਾ ਬ੍ਰਾਂਡ ਵੀ ਏ ਤੇ ਪੰਜਵਾਂ ਨਾਮ ਹੈ ਜਿਸ ਦੀ ਕੋਸਕੋ ਕ੍ਰਿਕਟ ਵਿੱਚ ਬਹੁਤ ਜ਼ਿਆਦਾ ਫੈਨ ਫੋਲਿੰਗ ਏ ਉਹ ਨਾਮ ਹੈ ਤਲਵਿੰਦਰ ਸੋਸਣ ਜਿਸ ਨੂੰ ਕੋਸਕੋ ਕ੍ਰਿਕਟ ਦਾ ਗਲੈਡੀਏਟਰ ਵੀ ਕਿਹਾ ਜਾਂਦਾ ਏ 8 ਮੋਟਰਸਾਈਕਲਾਂ ਦਾ ਜੇਤੂ ਦੋ ਗੱਡੀਆਂ ਇੱਕ ਜੈਨ ਅਤੇ ਇੱਕ ਮਰੂਤੀ 51000 ਕੈਸ਼ ਪ੍ਰਾਈਜ਼ ਸੱਤ ਮੋਡੀਫਾਈ ਸਕੂਟਰ ਜਿੱਤੇ ਹਨ ਤੇ ਛੋਟੇ ਪ੍ਰਾਇਜਾਂ ਦੀ ਤਾਂ ਕੋਈ ਸੋਸਣ ਵਾਲੇ ਨੂੰ ਗਿਣਤੀ ਹੀ ਨਹੀਂ ਤੇ ਇੱਕ ਨੋਟ ਕਰਨ ਵਾਲੀ ਗੱਲ ਉਹਨਾਂ ਦਾ ਇੱਕ ਸੁਪਨਾ ਹੈ ਟਰੈਕਟਰ ਜਿਤਨਾ ਜੋ ਅਜੇ ਤੱਕ ਅਧੂਰਾ ਹੈ ਤੇ ਛੇਵਾਂ ਨਾਮ ਹੈ ਕੰਨੂ ਧਰਮਕੋਟ 10 ਮੋਟਰਸਾਈਕਲ ਅਤੇ ਇੱਕ ਗੱਡੀ ਦਾ ਜੇਤੂ ਜਿਸ ਨੂੰ ਕੋਸਕੋ ਕ੍ਰਿਕਟ ਵਿੱਚ ਫਨੀ ਜੇ ਨਾਮ ਕਰਕੇ ਵੀ ਬੁਲਾਇਆ ਜਾਂਦਾ ਹੈ ਇੱਕ ਸਮੇਂ ਕੈਮਰੇ ਦੇ ਸਾਹਮਣੇ ਬੋਲਣ ਤੋਂ ਸੰਗਦਾ ਸੀ ਅੱਜਕੱਲ੍ਹ ਫੇਸਬੁੱਕ ਤੇ ਲਾਈਵ ਹੋ ਕੇ ਦੋਸਤਾਨਾ ਕਾਫੀ ਜ਼ਿਆਦਾ ਗੱਲਬਾਤ ਕਰਦਾ ਏ ਤੇ ਇਹ ਵੀ ਕੋਸਕੋ ਕ੍ਰਿਕਟ ਦਾ ਇੱਕ ਬ੍ਰਾਂਡ ਪਲੇਅਰ ਏ ਜਿਸ ਦੀ ਕਾਫੀ ਜ਼ਿਆਦਾ ਫੈਨ ਫਾਲੋਇੰਗ ਏ ਅਤੇ ਸੱਤਵਾਂ ਨਾਮ ਹੈ ਜੌਂਟੀ ਗਵਿੰਦਗੜ ਜਿਸ ਨੂੰ ਲੋਹੇ ਦੇ ਸ਼ਹਿਰ ਵਿੱਚੋਂ ਉੱਠਿਆ ਕੋਸਕੋ ਕ੍ਰਿਕਟ ਦਾ ਤੂਫਾਨ ਕਹਿੰਦੇ ਹਨ ਜਿਸ ਨੇ 10 ਮੋਟਰਸਾਈਕਲ ਅਤੇ ਇੱਕ ਗੱਡੀ ਜਿੱਤੀ ਏ ਛੋਟੀਆਂ ਵੱਡੀਆਂ ਅਨੇਕਾਂ ਸੀਰਜਾਂ ਦਾ ਵੀ ਜੇਤੂ ਏ ਜੌਂਟੀ ਗਵਿੰਦਗੜ ਤੇ ਅੱਠਵਾਂ ਨਾਮ ਹੈ ਗਰੀਬੀ ਵਿੱਚੋਂ ਉੱਠੇ ਖਿਡਾਰੀ ਅੰਬਰ ਜੌਣ ਵਾਲਾ ਦਾ ਜਿਸ ਨੇ 9 ਮੋਟਰਸਾਈਕਲ ਜਿੱਤੇ ਹਨ ਜਿਸ ਵਿੱਚ ਇੱਕ ਬੁਲਟ ਅਤੇ ਇੱਕ ਪਲਸਰ ਵੀ ਸ਼ਾਮਲ ਹੈ ਉਹਨਾਂ ਆਪਣੀਆਂ ਭੈਣਾਂ ਨੂੰ ਵੀ ਮੋਟਰਸਾਈਕਲ ਗਿਫਟ ਕਰੇ ਹਨ ਇਸ ਖਿਡਾਰੀ ਦੀ ਗੱਲਬਾਤ ਕਰਦਿਆਂ ਮੈਨੂੰ ਇੱਕ ਸ਼ੇਰ ਚੇਤੇ ਆ ਗਿਆ ਬੇਹਿੰਮਤੇ ਉਹ ਹੁੰਦੇ ਆ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਬੇਹਿਮਤੇ ਉਹ ਹੁੰਦੇ ਆ ਜੋ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉਗ ਹੀ ਪੈਂਦੇ ਸੀ ਨਾ ਪਾੜ ਕੇ ਪੱਥਰਾਂ ਦਾ ਸੀਨਾ ਪਾੜ ਕੇ ਪੱਥਰਾਂ ਦਾ ਤੇ ਨਵਾਂ ਨਾਮ ਹੈ ਰਾਜਸਥਾਨੀ ਮੁੰਡੇ ਸੰਤੀ ਟਾਬਾਂ ਦਾ ਜਿਸ ਦੀ ਪੰਜਾਬ ਅਤੇ ਹਰਿਆਣਾ ਵਿੱਚ ਵੀ ਕਾਫੀ ਜ਼ਿਆਦਾ ਮੰਗ ਹੈ ਜਿਸ ਨੇ ਪੰਜਾਬ ਦੀ ਕੋਸਕੋ ਕ੍ਰਿਕਟ ਵਿੱਚੋਂ ਇੱਕ ਟਰੈਕਟਰ ਇੱਕ ਗੱਡੀ ਤੇ ਇੱਕ ਮੋਟਰਸਾਈਕਲ ਵੀ ਜਿੱਤਿਆ ਹੋਇਆ ਏ 41000 ਕੈਸ਼ ਪ੍ਰਾਈਜ਼ ਦਾ ਵੀ ਜੇਤੂ ਏ ਰਾਜਸਥਾਨ ਦੀਆਂ ਕਾਫੀ ਸੀਰ ਜਾਂਦਾ ਜੇਤੂ ਜਿਸ ਦੀ ਪੰਜਾਬ ਹਰਿਆਣਾ ਵਿੱਚ ਕਾਫੀ ਜ਼ਿਆਦਾ ਮੰਗੇ ਜੋ ਆਪ ਘੱਟ ਬੋਲਦਾ ਏ ਤੇ ਬੈਟ ਬਹੁਤ ਜ਼ਿਆਦਾ ਬੋਲਦਾ ਏ ਇਸ ਖਿਡਾਰੀ ਦਾ ਦਸਮਾ ਨਾਮੇ ਰੋਹਿਤ ਚੰਡੀਗੜ੍ਹ ਦਾ ਨਵੀਂ ਜੀ ਉਮਰ ਦਾ ਨਮਾ ਜਿਹਾ ਮੁੰਡਾ ਅੱਜ ਕੱਲ ਇਹ ਗੱਭਰੂ ਫੁੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ ਤੇ ਕੰਟਰੋਵਰਸੀ ਦਾ ਵੀ ਵਿਸ਼ਾ ਬਣਿਆ ਹੋਇਆ ਏ ਜਿਸ ਨੇ ਕੋਸਕੋ ਕ੍ਰਿਕਟ ਵਿੱਚੋਂ 3-4 ਟਰੈਕਟਰ ਤੇ ਇੱਕ ਕਲਕੱਤੇ ਤੋਂ ਮੋਟਰਸਾਈਕਲ ਅਤੇ ਇੱਕ ਗੱਡੀ ਵੀ ਜਿੱਤੀ ਹੋਈ ਏ ਸਿੰਗਲ ਵਿਕਟਾਂ ਦੇ ਵਿੱਚ ਮੁੰਡੇ ਦੀ ਕਾਫੀ ਜ਼ਿਆਦਾ ਚਰਚਾ ਏ ਤੇ ਸਿੰਗਲ ਵਿਕਟ ਦੇ ਵਿੱਚ ਤੂਤੀ ਬੋਲਦੀ ਏ ਇਸ ਗੱਭਰੂ ਦੀ ਸੁਖੀ ਕਮਾਮਾਂ ਤੋਂ ਬਾਅਦ ਤਿੰਨ ਫੋ ਟਰੈਕਟਰਾਂ ਦਾ ਜੇਤੂ ਇਹ ਦੂਸਰਾ ਖਿਡਾਰੀ ਏ 11ਵਾਂ ਨਾਮ ਏ ਕੋਸਟ ਕੋ ਕਰਿੱਕਟ ਦੇ ਬ੍ਰਾਂਡ ਪਲੇਅਰ ਕੋਟੜੇ ਵਾਲੇ ਮਾਨ ਦਾ ਜਿਸ ਨੇ 23 ਵਾਸ਼ੀ ਮਸ਼ੀਨਾ ਤਿੰਨ ਮੋਟਰਸਾਈਕਲ ਇੱਕ ਆਲਟੋ ਗੱਡੀ ਅਤੇ ਇੱਕ ਸੋਨੇ ਦਾ ਬਿਸਕਟ ਵੀ ਜਿੱਤਿਆ ਹੋਇਆ ਏ ਕੋਟੜੇ ਵਾਲੇ ਮਾਨ ਦੀ ਚੜਾਈ ਕਬੱਡੀ ਵਾਲੇ ਸਿਰੇ ਪਿੱਥੋ ਜਿੰਨੀ ਹੈ ਮਾਲਵੇ ਦੇ ਵਿੱਚ ਬਾਰਮਾ ਨਾਮ ਹੈ ਹਰਿਆਣੇ ਵਾਲੇ ਵਾਰਨਰ ਉਚਾਣਾ ਦਾ ਉਮਰ ਪੱਖੋਂ ਭਾਵੇਂ ਕੇ ਜਵਾਕੇ ਜਦੋਂ ਇਸ ਖਿਡਾਰੀ ਦਾ ਬੈਟ ਚੱਲਦਾ ਤਾਂ ਵੱਡਿਆਂ ਵੱਡਿਆਂ ਦੀਆਂ ਭਾਜੜਾਂ ਪਾ ਦਿੰਦਾ ਏ ਇਸ ਕਰਕੇ ਇਸ ਖਿਡਾਰੀ ਦਾ ਨਾਮ ਅਸੀਂ ਆਪਣੀ ਲਿਸਟ ਦੇ ਵਿੱਚ ਸ਼ਾਮਲ ਕਰਿਆ ਏ ਇਸ ਖਿਡਾਰੀ ਨੇ ਪੱਤੋ ਦੇ ਵੱਡੇ ਕੱਪ ਤੋਂ ਇੱਕ ਫੋਟ ਟਰੈਕਟਰ ਵੀ ਜਿੱਤਿਆ ਹੋਇਆ ਏ। ਦੋਸਤੋ ਅਸੀਂ ਆਪਣੀ ਇਸ ਵੀਡੀਓ ਦੇ ਵਿੱਚ ਵੱਡੇ ਇਨਾਮਾਂ ਦੇ ਜੇਤੂ ਖਿਡਾਰੀਆਂ ਦੀ ਗੱਲ ਕਰੀਏ। ਜੇ ਕਿਸੇ ਖਿਡਾਰੀ ਦਾ ਜ਼ਿਕਰ ਰਹਿ ਗਿਆ ਹੋਵੇ ਅਸੀਂ ਆਪਣੀ ਅਗਲੀ ਵੀਡੀਓ ਦੇ ਵਿੱਚ ਉਸ ਦਾ ਜ਼ਿਕਰ ਜ਼ਰੂਰ ਕਰਾਂਗੇ। ਇਸ ਵੀਡੀਓ ਦਾ ਅਗਲਾ ਪਾਰਟ ਵੀ ਅਸੀਂ ਲੈ ਕੇ ਜ਼ਰੂਰ ਆਵਾਂਗੇ। ਇੱਕ ਗੱਲ ਹੋਰ ਅਸੀਂ ਕਿਸੇ ਵੀ ਖਿਡਾਰੀ ਦਾ ਕਿਸੇ ਵੀ ਖਿਡਾਰੀ ਨਾਲ ਮੁਕਾਬਲਾ ਨਹੀਂ ਕਰਵਾਇਆ। ਸਭ ਆਪਣੀ ਜਗ੍ਹਾ ਤੇ ਟੌਪ ਨੇ। ਅਸੀਂ ਟੌਪ ਦੇ ਖਿਡਾਰੀਆਂ ਦੀ ਹੀ ਗੱਲਬਾਤ ਕਰੀਏ। ਇਹ ਜਾਣਕਾਰੀ ਨੂੰ ਕੋਸ ਤੋਂ ক্রিকেট ਬਠਿੰਡਾ ਦੇ ਪੇਜ ਤੋਂ ਪ੍ਰਾਪਤ ਹੋਈ ਏ ਤੇ ਦਰਸ਼ਕ ਵੀਰੋ ਤੁਸੀਂ ਦੇਖਦੇ ਰਹੋ ਤੁਹਾਡਾ ਹਰਮਨ ਪਿਆਰਾ ਚੈਨਲ ਡੀਪੀਡੀ ਟੈਲੀਵਿਜ਼ਨ ਸਾਨੂੰ ਫੇਸਬੁੱਕ YouTube ਤੇ Instagram ਤੇ ਵੀ ਫੋਲੋ ਕਰ ਸਕਦੇ ਹੋ ਇਹਨਾਂ ਤਿੰਨੇ ਪਲੇਟਫਾਰਮ ਤੇ ਸਾਡਾ ਇਹ ਪ੍ਰੋਗਰਾਮ ਚੱਲਦਾ